ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਹਾਂ ਅਮਿਤ ਤੇ ਸਭ ਦਾ ਪਾਠਸ਼ਾਲਾ ਦੇ ਬਹੁਤ ਬਹੁਤ ਸਵਾਗਤ ਕਰਦਾ। 30 ਅਗਸਤ ਦੀ ਸਵੇਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਾਠਸ਼ਾਲਾ ਦੇ ਉੱਤੇ। ਅਤੇ ਅੱਜ ਆਪਾਂ ਕਰੰਟ ਅਫੇਅਰਸ ਦੀ ਗੱਲਬਾਤ ਕਰਨ ਵਾਲੇ ਹਾਂ। ਕੁਛ ਇੰਪੋਰਟੈਂਟ ਕਰੰਟ ਅਫੇਅਰਸ ਦੀਆਂ ਪਿਕਚਰਸ ਤੁਹਾਡੀ ਸਲਾਈਡ ਤੁਹਾਡੇ ਥੰਬਨੇਲ ਦੇ ਉੱਤੇ ਦਿਖ ਰਹੀਆਂ ਨੇ, ਠੀਕ ਹੈ। ਅਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਹਾਂ, ਆਪਾਂ ਗੱਲ ਕਰਾਂਗੇ ਕੁਛ ਟਾਈਫੋਨ ਬਾਰੇ ਵੀ ਗੱਲ ਕਰਾਂਗੇ। ਇੱਕ ਚੱਕਰਵਾਤ, ਇੱਕ ਤੂਫਾਨ ਜਿਹੜਾ ਆਇਆ ਜਪਾਨ ਸਾਈਡ, ਠੀਕ ਹੈ, ਉਹਦਾ ਨਾਮ ਦੇ ਬਾਰੇ ਡਿਸਕਸ਼ਨ ਕਰਾਂਗੇ। ਇੱਕ ਬੱਚਿਆਂ ਨੂੰ ਲੈ ਕੇ ਇੱਕ ਸਕੀਮ ਹੈ ਪੜ੍ਹਾਈ ਲਈ ਰਿਲੇਟਡ, ਉਹ ਕਿਸ ਸਟੇਟ ਦੇ ਵਿੱਚ ਲਾਂਚ ਕੀਤੀ ਗਈ ਆ, ਉਹਦੇ ਰਿਲੇਟਡ ਗੱਲ ਕਰਾਂਗੇ। ਨੈਸ਼ਨਲ ਸਪੋਰਟਸ ਡੇ ਜੋ ਕਿ 29 ਅਗਸਤ ਨੂੰ ਸੀਗਾ, ਉਹਦੇ ਬਾਰੇ ਚਰਚਾ ਕਰਾਂਗੇ। ਅਤੇ ਇਹ ਨੇ ਮੈਡਮ ਜੀ ਜਿਹੜੇ ਕਿ ਇੰਡੀਆ ਦੀ ਵੁਮੈਨ ਕ੍ਰਿਕਟ ਦੇ ਕੈਪਟਨ ਬਣੇ ਨੇ, ਠੀਕ ਹੈ, ਇਹਨਾਂ ਬਾਰੇ ਚਰਚਾ ਕਰਾਂਗੇ। ਅਤੇ ਉਮੀਦ ਕਰਦਾ ਸਾਰਿਆਂ ਨੂੰ ਅੱਜ ਦਾ ਸੈਸ਼ਨ ਬਹੁਤ ਹੀ ਘੈਂਟ ਲੱਗਣ ਵਾਲਾ, ਕਿਉਂਕਿ ਲਾਸਟ ਦੇ ਉੱਤੇ ਤੁਹਾਡੇ ਸਾਰਿਆਂ ਵਾਸਤੇ ਇੱਕ ਇੰਪੋਰਟੈਂਟ ਕੁਐਸਚਨ ਵੀ ਹੈ ਜਿਹਦਾ ਆਨਸਰ ਤੁਸੀਂ ਕਮੈਂਟ ਸੈਕਸ਼ਨ ਦੇਣਾ। ਤਾਂ ਸਾਰੇ ਦੇ ਸਾਰੇ ਆਪਾਂ MCQ ਫੋਰਮ ਦੇ ਵਿੱਚ ਹੀ ਕੁਐਸਚਨਸ ਕਰਨ ਵਾਲੇ ਹਾਂ। ਸਭ ਤੋਂ ਪਹਿਲਾਂ ਆਪਾਂ ਡਿਸਕਸ਼ਨ ਕਰਦੇ ਹਾਂ ਮੋਟੀਵੇਸ਼ਨ ਕੋਟ। ਏ ਮੈਨ ਹੂ ਹੈਜ਼ ਦ ਕਮਿਟਿਡ ਮਿਸਟੇਕਸ ਐਂਡ ਡਜ਼ ਨਾਟ ਕਰੈਕਟਿਡ ਇਟ ਕਮਿਟਿੰਗ ਅਨਦਰ ਮਿਸਟੇਕ, ਕਹਿੰਦਾ ਇੱਕ ਆਦਮੀ ਜਿਹੜਾ ਗਲਤ ਰਸਤੇ 'ਤੇ ਪੈ ਗਿਆ ਨਾ, ਅਤੇ ਉਹ ਅਗਰ ਉਹਨੂੰ ਠੀਕ ਨਹੀਂ ਕਰ ਰਿਹਾ ਤਾਂ ਇਹਦਾ ਮਤਲਬ ਕੀ ਹੈ ਕਿ ਉਹ ਦੁਬਾਰਾ ਗਲਤੀ ਹੁਣ ਕਰੂਗਾ, ਰਾਈਟ। ਸੋ ਕਰਨ ਵਾਲਾ ਬਹੁਤ ਜਲਦੀ ਗਲਤੀ, ਉਸ ਗਲਤੀ ਨੂੰ ਪਹਿਲਾਂ ਤੁਸੀਂ ਸੁਧਾਰ ਲਓ ਤਾਂ ਕਿ ਉਹਨੂੰ ਕਰੈਕਟ ਕਰ ਲਓ, ਤਾਂ ਕਿ ਤੁਹਾਨੂੰ ਅੱਗੇ ਜਾ ਕੇ ਪ੍ਰੋਬਲਮ ਦਾ ਸਾਹਮਣਾ ਜਿਹੜਾ ਉਹ ਨਾ ਕਰਨਾ ਪਵੇ। ਸਭ ਤੋਂ ਪਹਿਲੀ ਨਿਊਜ਼ ਜਿਹੜੀ ਸੀ ਕੱਲ੍ਹ ਦੀ, ਜਿਹੜੀ ਲਾਸਟ ਡੇ ਡਿਸਕਸ਼ਨ ਸੀ, ਕੁਐਸਚਨ ਜਿਹੜਾ ਸੀਗਾ, ਕਾਕਰਾਪਾਰਾ ਐਟੋਮਿਕ ਪਾਵਰ ਸਟੇਸ਼ਨ ਪੁੱਛਿਆ ਸੀ ਮੈਂ ਕਿਹੜੀ ਜਗ੍ਹਾ ਲੋਕੇਟਿਡ ਹੈ, ਕਿਉਂਕਿ ਇਹ ਨਿਊਜ਼ ਦੇ ਵਿੱਚ ਸੀਗਾ ਤਾਂ ਕਾਫੀ ਬੱਚੇ ਨੇ ਆਨਸਰਸ ਵੀ ਦਿੱਤੇ ਨੇ, ਜਿਹਦੇ ਵਿੱਚੋਂ ਕਾਕਰਾਪਾਰਾ ਐਟੋਮਿਕ ਪਾਵਰ ਸਟੇਸ਼ਨ ਨਿਕਲ ਕੇ ਆਇਆ ਗੁਜਰਾਤ ਦੇ ਵਿੱਚ, ਠੀਕ ਹੈ। ਸੋ ਸੈਕਿੰਡ ਨੰਬਰ ਦਾ ਇਹ 700 ਮੈਗਾਵਾਟ ਨਿਊਕਲੀਅਰ ਰਿਐਕਟਰ ਹੈ ਜੋ ਕਿ ਕਾਕਰਾਪਾਰਾ ਐਟੋਮਿਕ ਪਾਵਰ ਸਟੇਸ਼ਨ ਦੇ ਨਾਮ 'ਤੇ ਹੈ। 21 ਅਗਸਤ 2024 ਨੂੰ ਇਹਦੀ ਕਪੈਸਿਟੀ ਹੈ ਜਿਹੜੀ ਉਹ ਫੁੱਲ ਹੋ ਗਈ ਸੀ, ਜਿਹਦੇ ਕਰਕੇ ਨਿਊਜ਼ ਦੇ ਵਿੱਚ ਸੀਗਾ ਇਹ ਗੁਜਰਾਤ ਦੇ ਵਿੱਚ ਲੋਕੇਟਡ ਹੈ। ਇਹ ਤੁਸੀਂ ਆਨਸਰ ਇਹਦਾ ਹੋ ਗਿਆ, ਠੀਕ ਹੈ ਜੀ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ। ਸਭ ਤੋਂ ਪਹਿਲੀ ਨਿਊਜ਼ ਅੱਜ ਦੀ ਹੈਗੀ ਜੀ ਰਾਸ਼ਟਰੀ ਖੇਡ ਦਿਵਸ, ਯਾਨੀ ਕਿ ਨੈਸ਼ਨਲ ਸਪੋਰਟਸ ਡੇ। ਤਾਂ ਨੈਸ਼ਨਲ ਸਪੋਰਟਸ ਡੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ 29 ਅਗਸਤ ਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ। ਮੇਜਰ ਧਿਆਨ ਚੰਦ ਜੀ ਜਿਹੜੇ ਕਿ ਸਾਡੇ ਜਿਨ੍ਹਾਂ ਨੇ ਇੱਕ ਤਰੀਕੇ ਨਾਲ ਐਂ ਕਹਿ ਲਓ ਵੀ ਹਾਕੀ ਹੈ, ਅਤੇ ਮੇਜਰ ਧਿਆਨ ਚੰਦ ਜੀ ਨੇ ਸਾਹਮਣੇ, ਠੀਕ ਹੈ। ਸੋ ਹਾਕੀ ਦੇ ਪਲੇਅਰ ਨੇ, ਲੀਜੈਂਡਰੀ ਨੇ, ਉਹਨਾਂ ਨੇ ਸਕਿੱਲਸ, ਉਹਨਾਂ ਦੀ ਕੰਟਰੀਬਿਊਸ਼ਨ ਇਸ ਸਪੋਰਟਸ ਨੂੰ ਲੈ ਕੇ ਬੜੀ ਹੀ ਮਜ਼ੇਦਾਰ ਸੀ, ਤਾਂ ਉਹਨਾਂ ਦੇ ਕਰਕੇ ਹੀ ਇਹ ਦਿਨ ਹੈ, ਸੈਲੀਬ੍ਰੇਟ ਹੁੰਦਾ ਹੈ। ਸਪੋਰਟਸ ਆਰ ਐਨ ਇਨੇਬਲਰ ਟੂ ਇਨਕਲੂਸਿਵ ਐਂਡ ਫਿੱਟ ਸੋਸਾਇਟੀ, ਇਹ 2023 ਦੀ ਥੀਮ ਸੀ। ਹਜੇ ਤੱਕ ਇਸਦੀ ਕੋਈ ਥੀਮ ਮੇਰੇ ਸਾਹਮਣੇ ਨਹੀਂ ਆਈ ਸੀ, ਤਾਂ 2000 ਦੀ ਥੀਮ ਤੁਹਾਡੇ ਸਾਹਮਣੇ ਆਪਾਂ ਦੱਸਦੀ ਹੈ, ਰਾਈਟ ਹੋ ਗਈ। ਤਾਂ ਅੱਗੇ ਗੱਲ ਕਰਦੇ ਹਾਂ ਆਪਾਂ ਸਾਰੇ ਦੇ ਸਾਰੇ MCQs 'ਤੇ। ਸੋ MCQs ਦੇ ਵਿੱਚ ਸਭ ਤੋਂ ਪਹਿਲੀ ਨਿਊਜ਼ ਆ ਗਈ ਰੀਸੈਂਟਲੀ, ਕਿਹੜੀ ਸਟੇਟ ਗੌਰਮੈਂਟ ਨੇ ਲਾਂਚ ਕੀਤੀ ਹੈ ਜੀ ਮੁੱਖ ਮੰਤਰੀ ਸੁੱਖ ਸ਼ਿਕਸ਼ਾ ਯੋਜਨਾ। ਸੋ ਸੁੱਖ ਸ਼ਿਕਸ਼ਾ ਯੋਜਨਾ ਲਾਂਚ ਕਰਨ ਵਾਲੀ ਕਿਹੜੀ ਸਟੇਟ ਬਣੀ ਸੀ? ਸੋ ਹਿਮਾਚਲ ਪ੍ਰਦੇਸ਼ ਉਹ ਸਟੇਟ ਬਣੀ ਸੀ। ਸੋ ਹਿਮਾਚਲ ਪ੍ਰਦੇਸ਼ ਦੇ CM ਸਾਹਿਬ ਨੇ ਜਿਹੜੇ ਜਿਹਦੇ ਵਿੱਚ ਐਜੂਕੇਸ਼ਨ ਦਿੱਤੀ ਜਾਊਗੀ, ਵੈਲਬੀਂਗ ਦਿਸ ਚਿਲਡਰਨ ਇਲੀਜੀਬਲ ਬੈਨੀਫਿਸ਼ਰੀ ਦੇ ਵਿੱਚ ਵਿਡੋਜ਼ ਵੀ ਆਉਣਗੀਆਂ, ਵੂਮੈਨਸ ਵੀ ਆਉਣਗੀਆਂ, ਡਾਇਵੋਰਸ ਵੂਮੈਨ ਵੀ ਆਉਣਗੀਆਂ, ਪੇਰੈਂਟ ਆਫ ਡਿਸੇਬਲ ਚਿਲਡਰਨ ਵੀ ਆਉਣਗੇ, ਜਿਨ੍ਹਾਂ ਨੂੰ 1 ਲੱਖ ਰੁਪਇਆ ਸਾਲ ਦਾ ਜਿਹੜੀ ਹੈ ਦਿੱਤੀ ਜਾਊਗੀ, ਅਤੇ ਜਿਹੜੇ 18 ਸਾਲ ਤੋਂ ਘੱਟ ਨੇ ਉਹਨਾਂ ਨੂੰ 1000 ਰੁਪਇਆ ਮੰਥਲੀ ਹੈ ਜਿਹੜੀ ਉਹ ਦਿੱਤਾ ਜਾਊਗੀ, ਤਾਂ ਕਿ ਉਹ ਨਿਊਟ੍ਰੀਸ਼ਨ ਦਾ, ਐਜੂਕੇਸ਼ਨ ਦਾ, ਹੈਲਥ ਦਾ ਉਹ ਧਿਆਨ ਰੱਖ ਸਕਣ, ਠੀਕ ਹੈ। ਸੋ ਇਹ ਯਾਦ ਰੱਖਣਾ, ਮੁੱਖ ਮੰਤਰੀ ਸੁੱਖ ਸ਼ਿਕਸ਼ਾ ਯੋਜਨਾ, ਰਾਈਟ ਹੋ ਗਈ, ਹਿਮਾਚਲ ਪ੍ਰਦੇਸ਼ ਇਸ ਦਾ ਰਾਈਟ ਆਂਸਰ ਹੋ ਗਿਆ। ਨੈਕਸਟ ਕੁਐਸਚਨ ਤੇ ਚੱਲਦੇ ਹਾਂ, ਵਟ ਇਜ਼ ਦਾ ਥੀਮ ਆਫ ਵਰਲਡ ਵਾਟਰ ਵੀਕ? ਰੀਸੈਂਟਲੀ ਵਰਲਡ ਵਾਟਰ ਵੀਕ ਵੀ ਸੈਲੀਬ੍ਰੇਟ ਹੋਇਆ, ਠੀਕ ਹੈ। ਤਾਂ ਵਾਟਰ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਹੈ, ਤਾਂ ਉਹਦੇ ਰਿਲੇਟਡ ਜਿਹੜਾ ਇਸ ਵਾਰ ਦੀ ਥੀਮ ਸੀ ਉਹ ਕੀ ਸੀ ਜੀ, 25 ਅਗਸਤ ਤੋਂ ਲੈ ਕੇ 29 ਅਗਸਤ ਤੱਕ ਇਹ ਸੈਲੀਬ੍ਰੇਟ ਹੁੰਦਾ, 2024 ਦੇ ਵਿੱਚ ਸੈਲੀਬ੍ਰੇਟ ਹੋਇਆ। ਗਲੋਬਲ ਵਾਟਰ ਦੇ ਇਸ਼ੂਜ਼, ਕ੍ਰਾਈਸਿਸ ਜਿਹੜੇ ਕਹਿ ਲਓ, ਉਹ
ਦੇ ਉੱਤੇ ਫੋਕਸ ਕੀਤਾ ਗਿਆ ਵਰਲਡ ਲੈਵਲ ਦੇ ਉੱਤੇ। ਇਹਦਾ ਪਹਿਲਾ ਆਪਸ਼ਨ ਬਿਲਕੁਲ ਸਹੀ ਹੋ ਜਾਊਗਾ ਕਿ ਬ੍ਰਿਜਿੰਗ ਬਾਰਡਰਸ ਵਾਟਰ ਫਾਰ ਪੀਸਫੁਲ ਐਂਡ ਸਸਟੇਨੇਬਲ ਫਿਊਚਰ ਇਜ਼ ਦਾ ਥੀਮ ਫਾਰ ਦਾ ਵਰਲਡ ਵਾਟਰ ਵੀਕ। ਬਹੁਤ ਇੰਪੋਰਟੈਂਟ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਮਾਊਂਟ ਕਿਲੀਮੰਜਾਰੋ ਜੋ ਕਿ ਨਿਊਜ਼ ਦੇ ਵਿੱਚ ਸੀਗਾ ਉਹ ਕਿਹੜੀ ਕੰਟਰੀ ਦੇ ਵਿੱਚ ਲੋਕੇਟਡ? ਆਪਾਂ ਕੱਲ ਹੀ ਗੱਲ ਕੀਤੀ ਸੀਗੀ ਤੇਗਬੀਰ ਜੀ ਬਾਰੇ, ਤਾਂ ਉਹ ਜੀ ਤੈਨਜ਼ਾਨੀਆ ਦੇ ਵਿੱਚ ਲੋਕੇਟਡ ਹੈ, ਕਿਉਂਕਿ ਤੇਗਬੀਰ ਇੱਥੇ ਬੰਦਾ ਹੈ ਜਿਹੜਾ ਉਹ ਚੜ੍ਹ ਕੇ ਗਿਆ ਸੀ, ਜਵਾਕ ਸੀਗਾ ਛੋਟਾ, ਉਹ ਚੜ੍ਹ ਕੇ ਗਿਆ ਸੀ, 5 ਸਾਲ ਦਾ ਬੱਚਾ ਕਿਲੀਮੰਜਾਰੋ ਦੇ ਉੱਤੇ ਪਹੁੰਚਿਆ ਸੀ, ਠੀਕ ਹੈ। ਸੋ ਉਹ ਟੈਨਜ਼ਾਨੀਆ ਦੇ ਵਿੱਚ ਲੋਕੇਟਡ ਹੈ। ਟੈਨਜ਼ਾਨੀਆ ਦੀ ਗੱਲ ਕਰਦੇ ਹਾਂ, ਕੁਛ ਇਸ ਜਗ੍ਹਾ ਦੇ ਉੱਤੇ ਲੋਕੇਟਡ ਹੈ ਅਤੇ ਕਿਲੀਮੰਜਾਰੋ ਕੁਛ ਇਸ ਜਗ੍ਹਾ ਦੇ ਉੱਤੇ ਹੈ। ਕੈਪੀਟਲ ਹੈਗੀ ਹੈ ਦੋਦੋਮਾ, ਕਰੰਸੀ ਹੈਗੀ ਟੈਨਜ਼ਾਨੀਆ ਸ਼ਿਲਿੰਗ, ਅਤੇ ਆਫੀਸ਼ੀਅਲ ਲੈਂਗੁਏਜ ਸਵਾਹਿਲੀ ਅਤੇ ਇੰਗਲਿਸ਼। ਪ੍ਰੈਜ਼ੀਡੈਂਟ ਸਾਹਿਬ ਹੈਗੇ ਨੇ ਸਾਈਮੀ ਸੁਲਹੂ ਹਸਨ ਅਤੇ ਪ੍ਰਾਈਮ ਮਿਨਿਸਟਰ ਨੇ ਕਾਸਿਮ ਮਾਜਲੀ ਵਾਲਾ। ਕਲੀਅਰ ਹੋ ਗਈ ਗੱਲ। ਨੈਕਸਟ ਨਿਊਜ਼ ਤੇ ਚੱਲਦੇ ਹਾਂ ਜੀ। ਰੀਸੈਂਟਲੀ ਕਿਹਨਾਂ ਨੂੰ ਅਪੁਆਇੰਟ ਕੀਤਾ ਗਿਆ? ਨੈਸ਼ਨਲ ਸਿਕਿਉਰਿਟੀ ਗਾਰਡ ਦੇ ਡਾਇਰੈਕਟਰ ਜਨਰਲ ਵੱਲੋਂ। ਸੋ ਡਾਇਰੈਕਟਰ ਜਨਰਲ ਵੱਲੋਂ ਨਿਯੁਕਤ ਕੀਤੇ ਗਏ। ਇਹਨਾਂ 'ਚੋਂ ਆਪਸ਼ਨ ਦੇ ਵਿੱਚੋਂ ਜੇ ਆਪਾਂ ਗੱਲ ਕਰਦੇ ਹਾਂ, ਇਹ ਆਪਸ਼ਨ ਬਿਲਕੁਲ ਸਹੀ ਹੋਊਗਾ, ਕਿਉਂਕਿ ਬੀ ਸ਼੍ਰੀ ਨਿਵਾਸਨ ਜੀ ਨੂੰ ਐਲੋਕੇਟ ਕੀਤਾ ਗਿਆ, ਅਪੁਆਇੰਟ ਕੀਤਾ ਗਿਆ ਨਰਿੰਦਰ ਮੋਦੀ ਜੀ ਵੱਲੋਂ, ਅਮਿਤ ਸ਼ਾਹ ਜੀ ਵੱਲੋਂ। ਅਤੇ ਇਹਨਾਂ ਨੇ ਰਿਪਲੇਸ ਕਿਹਨੂੰ ਕੀਤਾ ਜੀ? ਐਨਿਸ਼ ਦਿਆਲ ਸਿੰਘ ਜੀ ਨੂੰ। ਸੋ ਐਨਿਸ਼ ਦਿਆਲ ਸਿੰਘ ਜੀ ਪਹਿਲਾਂ ਸੀਗੇ, ਹੁਣ ਕਿਉਂਕਿ ਉਹ ਟੈਂਪਰੇਰੀ ਲੀਡ ਕਰ ਰਹੇ ਸੀ ਐਨਐਸਜੀ ਨੂੰ, ਅਤੇ ਹੁਣ ਕੌਣ ਹੋਣਗੇ ਜੀ? ਬੀ ਸ਼੍ਰੀ ਨਿਵਾਸਨ ਹੋਣਗੇ, ਜਿਹੜੇ ਕਿ ਇੱਕ ਆਈਪੀਐਸ ਆਫਿਸਰ ਨੇ ਬਿਹਾਰ ਕੇਡਰ ਦੇ 31 ਅਗਸਤ 2027 ਤੱਕ ਇਹ ਰਹਿਣਗੇ ਐਸ ਅ ਡਾਇਰੈਕਟਰ ਜਨਰਲ ਆਫ ਐਨਐਸਜੀ। ਬਹੁਤ ਇੰਪੋਰਟੈਂਟ ਨਿਊਜ਼। ਨੈਕਸਟ ਹੋ ਗਿਆ ਜੀ ਇੰਸਟਨ ਈਸਟਰਨ ਇਕਿਊਨ ਇਨਸੈਫੈਲਿਟਿਸ। ਇਹ ਇੱਕ ਤਰੀਕੇ ਦੀ ਬਿਮਾਰੀ ਹੈ, ਇਹ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗੀ, ਇਹ ਕਿਹੜੇ ਪੈਥੋਜਨ ਕਰਕੇ ਹੁੰਦੀ ਹੈ, ਠੀਕ ਹੈ। ਸੋ ਇਹਦਾ ਆਂਸਰ ਆਜੂਗਾ ਵਾਇਰਸ, ਕਿਉਂਕਿ ਵਾਇਰਸ ਕਰਕੇ ਇਹ ਇੱਕ ਵੈਕਟਰ ਦੇ ਤਰੀਕੇ ਨਾਲ ਮੱਛਰ ਕੰਮ ਕਰਦਾ ਹੈ, ਮੋਸਕੀਟੋ ਕੰਮ ਕਰਦੇ ਨੇ, ਇੱਕ ਪੈਥੋਜਨ ਨੂੰ ਲੈ ਕੇ ਜਾਂਦੇ ਨੇ, ਬਿਮਾਰੀ ਨੂੰ ਲੈ ਕੇ ਜਾਂਦੇ ਨੇ, ਤਾਂ ਉਹ ਇੱਕ ਐਨੀਮਲਸ ਦੇ ਥਰੂ ਪਹੁੰਚਦੀ ਹੈ, ਜਿਵੇਂ ਕਿ ਹੋਰਸ ਲਗਾ ਲਓ ਜਾਂ ਕੋਈ ਹੋਰ ਰੈਪਟਾਈਲ ਜੇ ਲਗਾ ਲਓ, ਤਾਂ ਉਹਦੇ ਰਿਲੇਟਡ ਉਹ ਬੰਦਿਆਂ ਤੱਕ ਵੀ ਪਹੁੰਚ ਜਾਂਦੀ ਹੈ, ਜਿਹਦੇ ਵਿੱਚ ਹਾਈ ਫੀਵਰ ਹੁੰਦਾ, ਡਿਪਰੈਸ਼ਨ ਹੁੰਦਾ, ਲੈਕ ਆਫ ਐਪੀਟੇਟਸ ਹੁੰਦਾ, ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ, ਵੀਕਨੈਸ ਹੁੰਦੀ ਹੈ। ਤਾਂ ਇਹਦਾ ਮੁੱਖ ਕਾਰਨ ਕੀ ਹੋ ਗਿਆ? ਵਾਇਰਸ ਹੈ ਜੀ, ਇਹ ਇੱਕ ਬਸ ਇਹ ਤੁਸੀਂ ਦੱਸਣਾ ਹੈ, ਆਂਸਰ ਕੀ ਆਜੂਗਾ? ਵਾਇਰਸ ਆਜੂਗਾ, ਠੀਕ ਹੈ। ਵਿਚ ਟੂ ਸਟੇਟਸ ਰੀਸੈਂਟਲੀ ਅਨਾਊਂਸ ਦ ਡਿਵੈਲਪਮੈਂਟ ਆਫ ਰਿਲੀਜੀਅਸ ਸਰਕਟ ਕ੍ਰਿਸ਼ਨਾ ਗਮਨ ਪਾਥ। ਬਹੁਤ ਬਹੁਤ ਇੰਪੋਰਟੈਂਟ ਤੁਹਾਡੇ ਸਾਰਿਆਂ ਵਾਸਤੇ। ਸੋ ਕੀ ਹੈ ਜੀ, ਕਿਹੜੇ ਦੋ ਰਾਜਾਂ ਦੇ ਨਾਲ ਮਿਲ ਕੇ ਧਾਰਮਿਕ ਸਰਕਟ ਕ੍ਰਿਸ਼ਨਾ ਗਮਨ ਮਾਰਗ ਜਿਹੜਾ ਹੈ ਉਹਦਾ ਵਿਕਾਸ ਕੀਤਾ ਗਿਆ? ਕਿਹੜੇ ਦੋ ਸਟੇਟਾਂ ਨੇ ਇਹ ਜੀਆਂ? ਸੋ ਜਿਹਦੇ ਵਿੱਚੋਂ ਆਂਸਰ ਮੱਧ ਪ੍ਰਦੇਸ਼ ਅਤੇ ਰਾਜਸਥਾਨ ਬਿਲਕੁਲ ਸਹੀ ਹੋਊਗਾ, ਕਿਉਂਕਿ ਇਹ ਦੋ ਦੇਸ਼, ਇਹ ਦੋ ਸਟੇਟਾਂ ਅਜਿਹੀਆਂ ਨੇ ਜਿਹਦੇ ਵਿੱਚੋਂ ਮਥੁਰਾ ਹੈ, ਜਿਹੜਾ ਕਿ ਲਾਰਡ ਕ੍ਰਿਸ਼ਨਾ ਜਿਹੜੇ ਆਪਣੇ ਆਪਾਂ ਮੰਨਦੇ ਆ ਉਹਨਾਂ ਦਾ ਬਰਥ ਪਲੇਸ ਹੈ, ਉਜੈਨ ਦੇ ਨਾਲ ਉਹ ਕਿਆ ਨਾਮ ਹੈ ਸਰਕਟ ਨੂੰ ਜੁਆਇਨ ਕੀਤਾ ਜਾਊਗਾ, ਉਸ ਸੜਕ ਬਣਾਈ ਜਾਊਗੀ, ਐਂ ਸਮਝ ਲਓ, ਠੀਕ ਹੈ। ਸੋ ਰਿਲੀਜੀਅਸ ਟੂਰਿਜ਼ਮ ਨੂੰ ਵਧਾਉਣ ਵਾਸਤੇ ਹੀ ਇਹ ਚੀਜ਼ ਕਰੀ ਜਾ ਰਹੀ ਹੈ, ਕ੍ਰਿਸ਼ਨ ਗਮਨ ਪਾਥ ਮੱਧ ਪ੍ਰਦੇਸ਼ ਤੋਂ ਲੈ ਕੇ ਰਾਜਸਥਾਨ ਦੇ ਵਿੱਚ ਇਹ ਚੱਲੂਗਾ, ਠੀਕ ਹੈ। ਨੈਕਸਟ ਆ ਗਿਆ ਵਿੱਚ ਇੰਡੀਅਨ ਕ੍ਰਿਕਟਰ, ਬਹੁਤ ਇੰਪੋਰਟੈਂਟ, T20 ਵਰਲਡ ਕੱਪ 2024 ਜੋ ਕਿ ਹੁਣ ਆਈ ਥਿੰਕ 3 ਅਕਤੂਬਰ ਯੈਸ 3 ਅਕਤੂਬਰ ਤੋਂ ਸਟਾਰਟ ਹੋਊਗਾ ਜੀ ਅਕਤੂਬਰ ਦੇ ਵਿੱਚ, ਅਤੇ ਕ੍ਰਿਕਟ ਟੀਮ ਵੂਮੈਨ ਦੇ ਵੱਲੋਂ ਜੇ ਆਪਾਂ ਗੱਲ ਕਰਦੇ ਹਾਂ ਕ੍ਰਿਕਟ ਕੈਪਟਨ ਕੌਣ ਰਹੂਗਾ, ਠੀਕ ਹੈ। ਸੋ ਕੈਪਟਨ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਹਰਮਨਪ੍ਰੀਤ ਕੌਰ ਜੀ ਕੈਪਟਨ ਰਹਿਣਗੇ, ਅਤੇ ਸਮ੍ਰਿਤੀ ਮੰਦਾਨਾ ਇਹ ਕੀ ਰਹਿਣੇ ਜੀ ਵਾਈਸ ਕੈਪਟਨ ਰਹਿਣਗੇ, ਇਹਦੇ ਬਾਰੇ ਵੀ ਤੁਸੀਂ ਧਿਆਨ ਨਾਲ ਰੱਖਣਾ, ਡਿਪਟੀ ਕੈਪਟਨ ਉਹੀ ਹੋਣਗੇ, ਠੀਕ ਹੈ ਜੀ। ਸੋ ਇਹ ਨੇ ਮੈਡਮ ਜੀ ਆਪਣੇ ਹਰਮਨਪ੍ਰੀਤ ਕੌਰ, ਠੀਕ ਹੈ ਜੀ। ਬਹੁਤ ਹਰ ਹਰ ਨਿਊਜ਼, ਹਰ ਰੋਜ਼ ਇੱਕ ਨਾ ਇੱਕ ਨਿਊਜ਼ ਹੁੰਦੀ ਹੈ ਜਿਹਦੇ ਵਿੱਚ ਮਹਿਲਾ
ਲੇਡੀ ਜਾਂ ਫਿਰ ਆਪਾਂ ਕਹਿ ਲਓ ਗਰਲਸ ਦਾ ਨਾਮ ਆ ਰਿਹਾ, ਠੀਕ ਹੈ। ਸੋ ਵੂਮੈਨ ਇੰਪਾਵਰਮੈਂਟ ਬੜੀ ਵਧੀਆ ਚੀਜ਼ ਹੈ, ਅੱਛੀ ਗੱਲ ਹੈ, ਨਾਮ ਪਤਾ ਹੋਣੇ ਚਾਹੀਦੇ ਨੇ ਸਾਨੂੰ ਸਾਰਿਆਂ ਨੂੰ, ਠੀਕ ਹੈ। ਸੋ ਔਨ ਦ ਰਿਵਰ ਬੇਸਿਨ ਆਫ ਵਿਚ ਟੂ ਰਿਵਰਸ ਹੈਜ਼ ਓ ਐਨ ਜੀ ਸੀ ਕਮੈਂਸਡ ਓਇਲ ਡਰਿਲਿੰਗ। ਸੋ ਕਿਹੜੀਆਂ ਦੋ ਰਿਵਰ ਸਿਸਟਮ ਇਹੋ ਜਿਹੇ ਨੇ ਜਿਹਦੇ ਵਿੱਚ ਓ ਐਨ ਜੀ ਸੀ ਨੇ ਓਇਲ ਡਰਿਲਿੰਗ ਨੂੰ ਕਮੈਂਸ ਕੀਤਾ, ਠੀਕ ਹੈ। ਸੋ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ, ਓ ਐਨ ਜੀ ਸੀ ਨੇ ਕਿਹੜੀਆਂ ਦੋ ਨਦੀਆਂ ਦੇ ਨਦੀ ਬੇਸਿਨ 'ਤੇ ਤੇਲ ਡਰਿਲਿੰਗ ਸ਼ੁਰੂ ਕੀਤੀ ਹੈ? ਗੰਗਾ, ਯਮੁਨਾ, ਬ੍ਰਹਮਪੁੱਤਰਾ ਅਤੇ ਤੀਸਤਾ, ਇੰਡਸ, ਸੈਨਾਬ ਅਤੇ ਕ੍ਰਿਸ਼ਨਾ ਗੋਦਾਵਰੀ। ਸੋ ਆਂਸਰ ਵਿਲ ਬੀ ਡੀ, ਕ੍ਰਿਸ਼ਨਾ ਅਤੇ ਗੋਦਾਵਰੀ, ਬਿਲਕੁਲ ਸਹੀ ਆਂਸਰ ਹੋ ਜਾਊਗਾ, ਡੀ ਇਜ਼ ਦਾ ਰਾਈਟ ਆਂਸਰ। ਇਹ ਦੋ ਨਦੀਆਂ ਦੇ ਵਿੱਚ ਹੀ ਇਹ ਇਹ ਦੋ ਨਦੀਆਂ ਦਾ ਜਿਹੜਾ ਜੁਆਇੰਟ ਹੈ, ਇਹ ਬੇਸਿਨ ਹੈ, ਉੱਥੇ ਇਹ ਓਇਲ ਡਰਿਲਿੰਗ ਹੈ ਜਿਹੜੀ ਉਹ ਸ਼ੁਰੂਆਤ ਉਹਦੀ ਹੋਈ ਹੈ, ਠੀਕ ਹੈ, ਓ ਐਨ ਜੀ ਸੀ ਵੱਲੋਂ। ਕਲੀਅਰ ਹੈ, ਇਹ ਪਹਿਲਾ ਇਹ ਓਇਲ ਪ੍ਰੋਡਕਸ਼ਨ ਹੈ, ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ, ਠੀਕ ਹੈ ਜੀ। ਨੈਕਸਟ ਆ ਗਿਆ, ਵੇਅਰ ਡਿਡ ਦਾ 24th ਇੰਟਰਨੈਸ਼ਨਲ ਮਦਰ ਟੈਰੇਸਾ ਅਵਾਰਡ ਸੈਰੇਮਨੀ ਟੁੱਕ ਪਲੇਸ? ਸੋ 24th ਨੰਬਰ ਦੀ, 24ਵੇਂ ਨੰਬਰ ਦੀ ਜਿਹੜੀ ਇੰਟਰਨੈਸ਼ਨਲ ਮਦਰ ਟੈਰੇਸਾ ਅਵਾਰਡ ਸੈਰੇਮਨੀ ਹੈ ਉਹ ਟੁੱਕ ਪਲੇਸ, ਮਤਲਬ ਕਿੱਥੇ ਹੋਈ ਹੈ, ਠੀਕ ਹੈ। ਸੋ ਦੇਖਿਓ, ਇੱਕ ਨਾ ਮਦਰ ਟੈਰੇਸਾ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਇਹਨਾਂ ਦਾ ਜਿਹੜਾ ਬਰਥ ਆਇਆ ਸੀਗਾ, ਹੁਣੇ ਡੇਟ ਆਇਆ ਸੀ, ਬਰਥ ਡੇਟ ਸੀ, ਤਾਂ ਉਸ ਦਿਨ 24ਵੀਂ ਅਵਾਰਡ ਸੈਰੇਮਨੀ ਟੁੱਕ ਹੋਈ, ਠੀਕ ਹੈ। ਕਿੱਥੇ ਸਮਾਰੋਹ ਹੋਇਆ ਇਹ ਤੁਸੀਂ ਦੱਸਣਾ ਹੈ। ਇਹਦਾ ਆਂਸਰ ਆ ਜੂਗਾ ਦੁਬਈ, ਦੁਬਈ ਦੇ ਵਿੱਚ 26 ਅਗਸਤ, ਸੋ ਕਿਉਂਕਿ 26 ਅਗਸਤ 1910 ਆਈ ਥਿੰਕ ਉਹਨਾਂ ਦਾ ਜਨਮ ਦਿਨ ਸੀਗਾ, ਅਤੇ 114ਵੀਂ ਜਿਹੜੀ ਹੈ ਬਰਥ ਐਨਵਰਸਰੀ ਸੀਗੀ, ਤਾਂ ਇਹਦੇ ਮੁੱਖ ਰੱਖਦੇ ਹੋਏ ਦੁਬਈ ਦੇ ਵਿੱਚ ਮਿਲੇਨੀਅਮ ਪਲਾਜ਼ਾ ਦੇ ਵਿੱਚ ਇਹ ਸੈਰੇਮਨੀ ਜਿਹੜੀ ਸੀ ਉਹ ਸਮਾਰੋਹ ਸੀ ਜਿਹੜਾ ਉਹ ਹੋਇਆ ਸੀ, ਠੀਕ ਹੈ ਜੀ। ਇਹ ਨੇ ਮਦਰ ਟੈਰੇਸਾ, ਜਿਹਨਾਂ ਨੂੰ ਨੋਬਲ ਪ੍ਰਾਈਜ਼ ਜਾਂ ਭਾਰਤ ਰਤਨ ਅਵਾਰਡ ਵੀ ਦਿੱਤਾ ਗਿਆ, ਠੀਕ ਹੈ ਜੀ। ਨੈਕਸਟ ਆ ਗਿਆ, ਕਿਉਂਕਿ ਇਹਨਾਂ ਨੇ ਹਿਊਮੈਨਿਟੀ ਨੂੰ ਲੈ ਕੇ ਬੜੇ ਵਧੀਆ ਕੰਮ ਕੀਤੇ ਨੇ, ਤਾਂ ਕਰਕੇ ਇਹਨਾਂ ਨੂੰ ਨੋਬਲ ਪ੍ਰਾਈਜ਼ ਜਾਂ ਫਿਰ ਭਾਰਤ ਰਤਨ ਜਿਹੜਾ ਹੈ ਉਹ ਦਿੱਤਾ ਗਿਆ। ਨੇਮ ਦਾ ਟਾਈਫੋਨ, ਹੁਣ ਤੁਸੀਂ ਦੱਸਣਾ ਜੀ ਉਸ ਟਾਈਫੋਨ ਦਾ ਨਾਮ, ਉਸ ਚੱਕਰਵਾਤ, ਉਸ ਤੂਫਾਨ ਦਾ ਨਾਮ ਜਿਹਦੇ ਕਰਕੇ ਜਪਾਨ ਦੇ ਵਿੱਚ ਬਹੁਤ ਜ਼ਿਆਦਾ ਹੈਵੀ ਰੇਨ ਅਤੇ ਵਿੰਡਸ ਚੱਲੀਆਂ ਨੇ ਲੇਟ ਅਗਸਤ ਦੇ ਵਿੱਚ। ਰੀਸੈਂਟਲੀ ਹੁਣੇ ਹੁਣੇ ਇਹ ਜਪਾਨ ਦੇ ਵਿੱਚ ਹੋਇਆ, ਅਤੇ ਟਾਈਫੋਨ ਦਾ ਨਾਮ ਤੁਸੀਂ ਦੱਸਣਾ, ਟਾਈਫੋਨ ਦਾ ਨਾਮ ਹੈਗਾ ਸ਼ਨਸ਼ਨ, ਸ਼ਨਸ਼ਨ ਟਾਈਫਨ ਹੈ। ਸੋ ਇਹੀ ਉਹ ਟਾਈਫਨ ਹੈ ਜਿਹਦੇ ਕਰਕੇ ਜਪਾਨ ਦੇ ਵਿੱਚ ਬਹੁਤ ਤੇਜ਼ ਹਵਾਵਾਂ ਚੱਲੀਆਂ, ਅਤੇ ਥੋੜ੍ਹੇ ਦਿਨ ਲੋਕਾਂ ਦੀ ਮਰਨ ਦੀ ਵੀ ਹੈਗੀ ਸੀ, ਮਤਲਬ ਕਿ ਕੁਛ ਨਾ ਕੁਛ ਗਲਤੀਆਂ ਹੋ ਹੀ ਜਾਂਦੀਆਂ ਨੇ, ਇੰਨੇ ਤੂਫਾਨ ਹੈ ਨਾ, ਕੁਛ ਵੀ ਹੋ ਸਕਦਾ। ਸੋ ਸ਼ਨਸ਼ਨ ਜਿਹੜਾ ਸੀਗਾ ਉਹ ਲੈਂਡਫਾਲ ਹੋਇਆ ਮੋਰਨਿੰਗ, ਅਤੇ ਕਾਇਸ਼ੂ ਨਾਮ ਦੀ ਜਗ੍ਹਾ ਦੇ ਵਿੱਚ ਇਹ ਮਤਲਬ ਕਿ ਕਾਫੀ ਰਿਸਟ੍ਰੈਂਟ ਸੀਗੀ, ਜਿਹਦੇ ਕਰਕੇ ਬਾਅਦ ਚੋਂ ਬਾਅਦ ਚੋਂ ਇਹਦੀ ਵੀਕ ਹੁੰਦੀ ਗਈ। ਵਟ ਇਜ਼ ਦਾ ਪ੍ਰਾਇਮਰੀ ਓਬਜੈਕਟਿਵ ਆਫ ਦਾ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ? ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ NILP ਜਿਹੜਾ ਪ੍ਰੋਗਰਾਮ ਹੈ ਉਹ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ, ਇਹਦਾ ਪ੍ਰਾਇਮਰੀ ਓਬਜੈਕਟਿਵ ਕੀ ਹੈ ਜੀ? ਸੋ ਇਹਦਾ ਪ੍ਰਾਇਮਰੀ ਓਬਜੈਕਟਿਵ ਹੈਗਾ ਜੀ ਡੀ ਆਪਸ਼ਨ, ਦਾ ਸਪੋਰਟ ਦਾ ਸਟੇਟਸ ਐਂਡ ਯੂਨੀਅਨ ਟੈਰੀਟਰੀਜ਼ ਇਨ ਦਾ ਪ੍ਰਮੋਟਿੰਗ ਦਾ ਲਿਟਰੇਸੀ ਅਮੰਗ ਦਾ ਨੋਨ ਲਿਟਰੇਟਸ ਏਜ 15 ਐਂਡ ਅਬਵ, ਜਿਹੜੇ 15 ਸਾਲ ਤੋਂ ਵੱਧਦੇ ਲੋਕ ਨੇ ਜਿਹੜੇ ਪੜ੍ਹੇ ਲਿਖੇ ਨਹੀਂ ਹੈਗੇ, ਤਾਂ ਉਹਨਾਂ ਨੂੰ ਪੜ੍ਹਾਉਣਾ ਵਾਸਤੇ ਉਹ ਜਿਹਨਾਂ ਵਿੱਚ ਬੱਚੇ ਹੀ ਆਉਣਗੇ ਆਲਮੋਸਟ, ਠੀਕ ਹੈ। ਸੋ ਲਿਟਰੇਸੀ ਨੂੰ ਸਹੀ ਕਰਨਾ, ਲਾਈਫ ਸਕਿੱਲ ਨੂੰ ਸਹੀ ਰੱਖਣਾ, ਬੇਸਿਕ ਐਜੂਕੇਸ਼ਨ ਹੋਣੀ ਚਾਹੀਦੀ ਹੈ, ਵੋਕੇਸ਼ਨ ਸਕਿੱਲਸ ਹੋਣੀਆਂ ਚਾਹੀਦੀਆਂ ਨੇ, ਕੰਟੀਨਿਊਇੰਗ ਐਜੂਕੇਸ਼ਨ, ਤਾਂ ਕਾਫੀ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹਦੇ ਵਿੱਚ ਦਿੱਤੀਆਂ ਗਈਆਂ ਇਸ 5 ਕੰਪੋਨੈਂਟਸ ਦੇ ਵਿੱਚ, ਠੀਕ ਹੈ, ਇਸ NILP ਦੇ ਵਿੱਚ। ਕਲੀਅਰ ਹੋ ਗਈ ਗੱਲ? ਸੋ ਇਹ ਹੈ ਇੱਕ ਨੈਸ਼ਨਲ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ, ਯਾਦ ਰੱਖਣੀ ਹੈ ਇਹ ਚੀਜ਼, ਠੀਕ ਹੈ ਜੀ। ਨੈਕਸਟ ਆ ਗਿਆ ਜੀ ਲਾਸਟ ਉੱਤੇ ਕੁਐਸਚਨ ਆਫ ਦ ਡੇ। ਸੋ ਕੁਐਸਚਨ ਆਫ ਦ ਡੇ ਦੇ ਵਿੱਚ ਕੀ ਆ ਗਿਆ, ਤੇਲਾਈਆ ਡੈਮ ਇਜ਼ ਬਿਲਟ ਔਨ ਵਿਚ ਰਿਵਰ? ਸੋ ਤੇਲਾਈਆ ਡੈਮ ਜਿਹੜਾ ਹੈ ਉਹ ਕਿਸ ਨਦੀ 'ਤੇ ਬਣਿਆ ਹੋਇਆ ਹੈ? ਇਹ ਤੁਸੀਂ ਆਂਸਰ ਜਿਹੜਾ ਹੈ ਕਮੈਂਟ ਸੈਕਸ਼ਨ 'ਚ ਦੱਸਣਾ ਹੈ, ਇਹ ਇਹਦਾ ਤੁਸੀਂ ਕਮੈਂਟ ਜ਼ਰੂਰ ਕਰਿਓ, ਠੀਕ ਹੈ। ਉਮੀਦ ਕਰਦਾ ਸਾਰਿਆਂ ਨੂੰ ਸਾਰੇ ਦੇ ਸਾਰੇ ਕੁਐਸਚਨ ਵਧੀਆ ਲੱਗੇ ਨੇ। ਅਗਰ ਵਧੀਆ ਲੱਗੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਨੂੰ ਪ੍ਰੈਸ ਕਰ ਲਿਓ, ਅਤੇ ਟੈਲੀਗ੍ਰਾਮ ਨੂੰ ਜ਼ਰੂਰ ਜੁਆਇਨ ਕਰ ਲਿਓ ਫੋਰ PDFs, ਕਿਉਂਕਿ ਇਹਦੀਆਂ PDFs ਨੇ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜਾਣਗੀਆਂ, ਜਿਹਦਾ ਜਿਹੜਾ ਲਿੰਕ ਹੈ
ਉਹ ਮੈਂ ਵੀਡੀਓ ਦੇ ਨੀਚੇ ਦਿੱਤਾ ਹੋਇਆ। ਠੀਕ ਹੈ ਜੀ, ਸੋ ਥੈਂਕ ਯੂ ਸੋ ਮਚ ਗਾਇਜ਼, ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓਜ਼। ਇੱਦਾਂ ਹੀ ਜੁੜੇ ਰਹੋ ਸਾਡੇ ਨਾਲ ਪਾਠਸ਼ਾਲਾ ਦੇ ਨਾਲ, ਅਤੇ ਮੈਂ ਹਮੇਸ਼ਾ ਇੱਦਾਂ ਦੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਅੰਦਰ ਆਵਾਂਗਾ, ਲਾਈਵ ਕਲਾਸਿਸ ਵੀ ਲੈਂਦਾ ਆਵਾਂਗਾ, ਸ਼ਾਰਟਸ ਵੀ, ਮੈਥਸ ਵੀ, ਰੀਜਨਿੰਗ ਵੀ, ਜੀ ਐਸ ਵੀ, ਬਹੁਤ ਕੁਛ ਹੈ ਤੁਹਾਡੇ ਵਾਸਤੇ। ਸੋ ਥੈਂਕ ਯੂ ਸੋ ਮਚ ਗਾਇਜ਼, ਥੈਂਕ ਯੂ ਫੋਰ ਵਾਚਿੰਗ।